ਲੁਧਿਆਣਾ ਦੇ ਪੀਏਯੂ ਗਰਾਊਂਡ ਵਿਖੇ ਸ਼ੁਰੂ ਹੋਈ ਸੀਫੋਸ 2019 ਤਿੰਨ ਦਿਨਾਂ ਪ੍ਰਦਰਸ਼ਨੀ ਦੇ ਪਹਿਲੇ ਦਿਨ ਵਿਸ਼ੇਸ਼ ਤੌਰ ਤੇ ਪੁੱਜੇ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਬੇਸ਼ੱਕ ਸਮੇਂ ਦੀ ਦੌੜ 'ਚ ਮਨੁੱਖ ਜਹਾਜ਼ ਤੱਕ ਪਹੁੰਚ ਚੁੱਕਿਆ ਪਰ ਆਖਿਰ ਵਿੱਚ ਉਸ ਨੂੰ ਸਾਈਕਲ ਚਲਾਉਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ। ਇਸੇ ਲਈ ਸਾਈਕਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਸੀਫੋਸ 2019 ਪ੍ਰਦਰਸ਼ਨੀ ਦੇ ਆਰੰਭ ਤੋਂ ਪਹਿਲਾਂ ਹੀਰੋ ਸਾਈਕਲ ਵੱਲੋਂ ਇੱਕ ਸਾਈਕਲ ਰੈਲੀ ਵੀ ਕੱਢੀ ਗਈ ਜਿਸ ਵਿੱਚ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਤੋਂ ਇਲਾਵਾ ਵੱਡੀ ਉਮਰ ਦੇ ਲੋਕਾਂ ਨੇ ਵੀ ਭਾਗ ਲਿਆ। ਇਸ ਬਾਰੇ ਹੀਰੋ ਸਾਈਕਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੰਕਜ ਮੁਜਾਲ, UCPMA ਦੇ ਪ੍ਰਧਾਨ ਇੰਦਰਜੀਤ ਸਿੰਘ ਨਵਜੁਗ ਅਤੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਦਿਨੋਂ ਦਿਨ ਪ੍ਰਦੂਸ਼ਣ ਦੀ ਵੱਧ ਰਹੀ ਮਾਤਰਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਈਕਲ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੋ ਚੁੱਕਿਆ। ਅੱਜ ਦੀ ਇਸ ਸਾਈਕਲ ਰੈਲੀ ਨੂੰ DC ਪ੍ਰਦੀਪ ਅਗਰਵਾਲ ਨੇ ਝੰਡੀ ਵਿਖਾ ਰਵਾਨਾ ਕੀਤਾ। ਸਵੇਰੇ ਇੱਥੇ ਰੈਲੀ ਹੋਈ ਹੈ। 500 ਕਿਡਸ ਫਰੋਮ ਵੇਰੀਅਸ ਸਕੂਲਸ, ਸੋ ਦੇ ਗੋਟ ਅ ਚਾਂਸ ਟੂ ਸਮਾਈਲ ਔਨ ਅ ਸਾਈਕਲ ਅਰਲੀ ਇਨ ਦਾ ਮੋਰਨਿੰਗ। ਅਤੇ ਮੈਂ ਬਹੁਤ ਦੇਖ ਰਿਹਾ ਸੀ ਕਿ ਨਿਊ ਪੀਪਲ ਹੂ ਆਰ ਰਾਈਡਿੰਗ ਕਾਰਸ, ਹੂ ਹੈਵ ਰਿਚ ਪੇਰੈਂਟਸ, ਦੇ ਹੈਵ ਕਮ ਡਾਊਨ, ਦੇ ਹੈਵ ਗੋਨ ਟੂ ਸਾਈਕਲਿੰਗ। ਸੋ ਇਹ ਮਾਰਕੀਟ ਐਕਸਪੈਂਡ ਚਾਹੀਦੀ ਹੈ। ਇੰਡੀਆ ਬਹੁਤ ਇੱਥੇ ਪਿੱਛੇ ਹੈਗਾ, ਤੋ ਰੈਲੀਜ ਲਾਈਕ ਦਿਸ ਹੈਲਪ ਪੀਪਲ ਕਨੈਕਟ। ਦੌੜ ਦੇ ਵਿੱਚ ਬਹੁਤ ਗੱਡੀਆਂ, ਵੱਡੀਆਂ ਗੱਡੀਆਂ, ਉਸ ਤੋਂ ਬਾਅਦ ਜਹਾਜ਼ਾਂ 'ਤੇ ਆ ਗਿਆ। ਪਰ ਜਦੋਂ ਸਾਰਾ ਕੁਛ ਆਦਮੀ ਕੋਲ ਆ ਜਾਂਦਾ ਅਤੇ ਡਾਕਟਰ ਉਹਨੂੰ ਇਹ ਸਲਾਹ ਦਿੰਦਾ ਕਿ ਤੂੰ ਸਾਈਕਲ ਚਲਾਇਆ ਕਰ। ਸੋ ਇਹਦਾ ਮਤਲਬ ਸਾਈਕਲ ਸਾਡੇ ਲਾਈਫ ਦੇ ਉੱਤੇ ਬਹੁਤ ਵੱਡੀ ਜ਼ਰੂਰੀ ਹੈ, ਕਿਉਂਕਿ ਸਾਡੀ ਸਿਹਤ ਦੇ ਲਈ ਵੀ, ਸਾਡੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ, ਆਪ ਤੰਦਰੁਸਤ ਰਹਿਣ ਲਈ ਸਾਈਕਲ ਬਹੁਤ ਜ਼ਰੂਰੀ ਹੈ। ਇਸ ਦੀ ਮਹੱਤਤਾ ਨੂੰ ਸਾਨੂੰ ਸਾਰਿਆਂ ਨੂੰ ਸਮਝ ਆਉਂਦੀ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।